ਵੀਅਰਸ ਇਸ ਪ੍ਰੋਗਰਾਮ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਰਾਜਾ ਜੀ ਅੱਗੇ ਲੈ ਕੇਦੇ ਹਨ ਜਿੱਤੋਂ ਤੱਕ ਸਾਡੇ Hindu Dost ਸੰਨੀ 420 ਦਾ ਸੰਬੰਧ ਹੈ ਮੇਰਾ ਖਿਆਲ ਹੈ ਕਿ ਉਸ ਦੀ ਨਫ਼ਰਤ ਦੀ ਉਮਰ ਥੋੜ੍ਹ ਥੋੜ੍ਹ ਚਰੀ ਹੈ ਤਾਜ਼ਾ ਘਟਨਾਕਰਮ ਦੱਸਦਾ ਹੈ ਕਿ ਉਹਨਾਂ ਦੇ ਭਗਵਾਨ ਵਰਗੇ ਬਾਪੂ ਆਸਾ ਰਾਮ ਨੇ ਇੱਕ ਬੱਚੀ ਨਾਲ ਜ਼ਬਰ ਜਨਾਹ ਕੀਤਾ ਹੈ ਜਦੋਂ ਫੜਿਆ ਗਿਆ ਤਾਂ ਉਸਨੇ ਦਾਵਾ ਕੀਤਾ ਕਿ ਉਹ ਨਪੁੰਸਕ ਹੈ ਤੁਸੀਂ ਅਜੇ ਤੱਕ ਇਸ ਪਵਿੱਤਰ ਬਾਪੂ ਦੇ ਪਵਿੱਤਰ ਕਾਰੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਮੈਂ ਇਸ ਸਬੰਧੀ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ ਇਹ ਹਿੰਦੂ ਜਨੂਨੀਆਂ ਦੀ ਪਰੰਪਰਾ ਹੈ ਕਿ ਉਹ ਇੱਕ ਸਾਹ ਵਿੱਚ ਤੁਹਾਡੀ ਧੌਣ ਨੂੰ ਹੱਥ ਪਾਉਂਦੇ ਹਨ ਅਤੇ ਦੂਸਰੇ ਸਾਹ ਵਿੱਚ ਤੁਹਾਡੇ ਪੈਰ ਫੜ ਲੈਂਦੇ ਹਨ ਇਹਨਾਂ ਨੇ ਕਦੀ ਪਾਕਿਸਤਾਨ ਦਾ ਝੰਡਾ ਚੁਲਾਇਆ ਸੀ ਅਤੇ ਇਨਸ਼ਾਅੱਲਾ ਇਹ ਕਾਲਸਤਾਨ ਦਾ ਝੰਡਾ ਵੀ ਚੁਲਾਣਗੇ ਜਿਸ ਜਿਸ ਸਲੀਕੇ ਨਾਲ ਤੁਸੀਂ ਇਹਨਾਂ ਦੇ ਗਾਲੀ ਗਲੋਚ ਤੇ ਮੁਸਕਰਾਉਂਦੇ ਹੋ ਇਹ ਮੈਨੂੰ ਇਕਬਾਲ ਦੀਆਂ ਇਹ ਸਤਰਾਂ ਯਾਦ ਕਰਵਾ ਦਿੰਦਾ ਹੈ ਨਿਗਾਹ ਬੁਲੰਦ ਸੁਖਨ ਦਿਲਨਵਾਜ਼ ਜਾਨਪੁਰ ਪਰਜੋਸ਼ یہی ਹੈ ਰક્ત ਸਫਰ ਮੀਰੇ ਕਾਰਵਾ ਕੇ ਲਈ ਜੀ ਡਾਕਟਰ ਸਾਹਿਬ ਖਤਮ ਹੋ ਗਏ ਇਹਨਾਂ ਦੀ ਜੀ ਜੀ ਚਲੋ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਦੀ ਸਾਰੀ ਲਿਖਤਾਂ ਨਾਲ ਇਨਸਾਫ ਕੀਤਾ ਜਾਏ ਜੀ ਜੀ ਅਖੀਰ ਚ ਉਹਨੇ ਇਹ ਗੱਲ ਖਈ ਹੈ ਕਿ ਵੀ ਕਿਸ ਤਰੀਕੇ ਨਾਲ ਆਸਰਾਮ ਜਿਸ ਨੇ ਬਾਪੂ ਸ਼ਬਦ ਨੂੰ ਬਦਨਾਮ ਕੀਤਾ ਜੋ ਕਿ ਸਾਡੇ ਖਿੱਤੇ ਚ ਪਿਓ ਦੇ ਲਈ ਬਾਪੂ ਔਰ ਇੱਕ ਸਤਕਾਰ ਦਾ ਸ਼ਬਦ ਹੈ ਜੀ ਗਾਂਧੀ ਜਿਹਦੇ ਨਾਮ ਨਾਲ ਬਾਪੂ ਲਾਇਆ ਉਹ ਵੀ ਉਹ ਜਿਹੀ ਕਰਤੂਤਾ ਕਰਦਾ ਰਿਹਾ ਜਦੋਂ ਤੁਸੀਂ ਉਸ ਦਾ ਉਹ ਸਾਰਾ ਦੇਖੋ ਜਿਹਨੂੰ ਕਿ ਉਹ ਉਸਤੇ ਨਿਕਟ ਵਰਤੀਆਂ ਨੇ ਐਕਸਪੋਜ਼ ਕੀਤਾ ਜਾਂ ਲਿਖਿਆ ਉਹਨਾਂ ਲਿਖਤਾਂ ਨੂੰ ਦਬਾ ਦਿੱਤਾ ਜਾਂਦਾ ਹੈ ਜੀ ਅਜੇ ਤਾਂ ਹੁਣ ਹਿੰਦੁਸਤਾਨ ਦੀ ਸਰਕਾਰ ਨੇ ਉਹ ਚਿੱਠੀਆਂ ਖਰੀਦ ਲਈਆਂ ਜਿਹੜਾ ਕਿ ਉਸ ਦਾ ਹੋਮੋਸੈਕਸ਼ੁਅਲ ਦੋਸਤ ਜਿਹਦੇ ਨਾਲ ਉਹ ਸਾਊਥ ਅਫਰੀਕਾ ਜਾ ਰਿਹਾ ਉਹਦੇ ਨਾਲ ਲੈਟਰ ਸਾਂਝੇ ਕੀਤੇ ਸੀ ਜਦੋਂ ਦੂਜੀ ਕਰਤੂਤ ਵੀ ਸਾਹਮਣੇ ਆ ਜਾਣੀ ਸੀ ਕਿੰਨੇ ਪੈਸੇ ਖਰਚ ਕੇ ਉਹਨਾਂ ਨੇ ਕਿਹਾ ਜੀ ਉਹ ਕਦੇ ਵੀ ਲੈਟਰ ਸਾਹਮਣੇ ਨਹੀਂ ਆਉਣੇ ਕਿਉਂਕਿ ਉਹਨਾਂ ਚ ਇੰਡੀਕੇਸ਼ਨ ਹੋ ਗਈ ਸੀ ਵੀ ਗਾਂਧੀ ਦਾ ਕੀ ਕਰ ਰਹੀ ਸੀ ਜੀ ਔਰ ਬਾਅਦ ਦੇ ਔਰ ਜਿਹੜੇ ਉਸ ਨੇ ਆਪਣੇ ਆਸ਼ਰਮ ਦੇ ਵਿੱਚ ਸਾਬਰਮਤੀ ਆਸ਼ਰਮ ਚ ਐਕਸਪੈਰੀਮੈਂਟਸ ਵਿਦ ਅ ਸੈਕਸ ਜਾਂ ਟੈਸਟਿੰਗ ਮਾਈ ਬ੍ਰਹਮਚਾਰੀਆ ਇਹਦੇ ਨਾਂ ਥਲੇ ਜੋ ਕਰਤੂਤਾ ਕੀਤੀਆਂ ਨੇ ਉਹਦੇ ਚ ਤਾਂ ਉਹ ਹਸਪਤਾਲ ਚ ਦਾਖਲ ਕਰਵਾਇਆ ਹੋਇਆ ਉਹਨੂੰ ਜੀ ਕਿਸੇ ਨੂੰ ਵੀ ਜਿਹੜਾ ਇਸ ਕਿਸਮ ਦਾ ਕਰਦਾ ਹੋਇਆ ਰਹੇ ਉਹ ਜਿਹੜਾ ਦੂਜਾ ਬਾਪੂ ਕੱਢਿਆ ਇਹਨਾਂ ਨੇ ਜੀ ਉਹ ਉਹ ਵੀ ਉਸੇ ਹੀ ਮਰਜ਼ਦਾ ਸ਼ਿਕਾਰ ਹੈ ਵੀ ਜਿਸ ਰੋਗ ਨਾਲ ਬੱਕਰੀ ਮਰ ਗਈ ਉਹ ਹੀ ਰੋਗ ਪਠੋਰੇ ਨੂੰ ਇਹ ਇਹ ਇਹਨਾਂ ਦੀ ਬਿਲਟ ਹੈ ਜੀ ਔਰ ਮੈਂ ਸਮਝਦਾ ਹਾਂ ਵੀ ਇਹ ਤਾਂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡਿਸਗਸਟਿੰਗ ਜੀ ਜੀ ਬੱਚਿਆਂ ਦੇ ਲਈ ਪਰਸੋਂ ਦਾ ਔਰ ਉਹਨਾਂ ਦਾ ਕਿਸ ਤਰੀਕੇ ਦੀ ਸ਼ਰਦਾ ਦੇ ਨਾਂ ਥੱਲੇ ਕਿਵੇਂ ਦਾ ਉਹ ਸਾਰਾ ਮਾਹੌਲ ਜਦੋਂ ਤੁਸੀਂ ਡੀਟੇਲਸ ਤਾਂ ਉਹਨਾਂ ਦਾ ਪੜਨੂ ਜੀ ਨਹੀਂ ਕਰਦਾ ਹੈ ਕਿਉਂਕਿ ਠੀਕ ਹੈ ਲੋਕ ਚਸਕੇ ਲਾ ਕੇ ਵੀ ਪੜਦੇ ਨੇ ਔਰ ਕਈਆਂ ਨੂੰ ਜਿਹੜਾ ਜਿਹੜੇ ਕਦੇ ਉਹਦੀ ਸ਼ਲਾਘਾ ਆ ਜਾਂ ਤਾਰੀਫ ਕਰਦੇ ਸੀ ਜਾਂ ਉਹਨੂੰ ਭੀਜਪੀ ਦੇ ਸੈਂਟਰਲ ਪੈਡਸਟਲ ਤੇ ਬਿਠਾਇਆ ਹੁੰਦਾ ਸੀ ਨਰਿੰਦਰ ਮੋਦੀ ਦਾ ਅਧਿਆਤਮਿਕ ਗੁਰੂ ਹੈ ਇਹ ਵੀ ਇਦਾਂ ਦੀਆਂ ਕਰਤੂਤਾ ਹੋਣੀਆਂ ਨੇ ਮੋਦੀ ਦੀਆਂ ਵੀ ਆਲਟੀਮੇਟਲੀ ਇਹ ਤਾਂ ਜਦੋਂ ਕੋਈ ਡਿੱਗ ਪੈਂਦਾ ਫਿਰ ਇਹ ਵੀ ਜਿਵੇਂ ਉਹਨਾਂ ਨੇ ਇਸ ਕੌਮ ਦਾ ਕੈਰੇਕਟਰ ਕਿਹਾ ਉਹ ਰਾਦਰ ਕਾਲਰ ਕਿਹਾ ਉਹਨਾਂ ਨੇ ਉਹ ਅੰਗਰੇਜ਼ੀ ਚ ਕਿਸੇ ਨੇ ਕਿਹਾ ਸੀ ਕਿ ਵੀ ਇਹਨਾਂ ਦੀ ਜਿਹੜੀ ਹੈ ਕੀ ਕੈਰੇਕਟ੍ਰਿਸਟਿਕਸ ਕੀ ਨੇ ਜੀ ਤੇ ਉਹਦਾ ਵਨ ਲਾਈਨਰ ਸੀ ਕਿ ਇਦਰ ਐਟ ਯੋਰ ਥ੍ਰੋਟ অর ਐਟ ਯੋਰ ਫੀਟ ਕਿ ਜਾਂ ਤੁਹਾਡੀ ਧੌਣ ਨੂੰ ਫੜਿਆ ਹੁੰਦਾ ਤੇ ਜਾਂ ਤੁਹਾਡੇ ਪੈਰਾਂ 'ਚ ਡਗੇ ਹੁੰਦੇ ਨੇ ਜੀ ਸੋ ਦੂਸਰਾ ਪਾਰਟ ਦਾ ਕੈਰੈਕਟਿਸਟਿਕ ਇਹ ਹੈ ਕਿ ਵੀ ਜਦੋਂ ਬੱਲੇ-ਬੱਲੇ ਆ ਤਾਂ ਫਿਰ ਸਾਰੇ ਹੀ ਜਿਹੜੇ ਨੇ ਪਿੱਛੇ ਛੈਣੇ ਬਜਾਂਦੇ ਗੁਣਗਾਨ ਕਰਦੇ ਹੋਣਗੇ ਜਦੋਂ ਫਸ ਗਿਆ ਕੋਈ ਤਾਂ ਛੱਡ ਕੇ ਦੌੜ ਗਿਆ ਹੁਣ ਉਹਦਾ ਸਪਿਰਚੁਅਲ ਜਿਹੜਾ ਚੇਲਾ ਸੀ ਨਰਿੰਦਰ ਮੋਦੀ ਉਹ ਵੀ ਦੌੜ ਗਿਆ ਭਾਜਪੀ ਵੀ ਦੌੜ ਗਈ ਹੁਣ ਇੱਕ ਰਿਮਾਂਡ ਤੋਂ ਬਾਅਦ ਦੂਜਾ ਰਿਮਾਂਡ ਨਿਕਲਣਾ ਤਾਂ ਆਲਟੀਮੇਟਲੀ ਕੀ ਹੁੰਦਾ ਲੇਕਿਨ ਘੱਟੋ-ਘੱਟ ਜਿਹੜਾ ਇੱਕ ਹੋਰ ਇਸ ਕਿਸਮ ਦਾ ਫਰਾਡ RAMDEV ਹੈ ਜਿਹੜਾ ਨਰੇਂਦਰ ਮੋਦੀ ਦੀ ਬੜੀ ਤਾਰੀਫ ਕੋ ਉਹਨੂੰ ਵੀ ਰੋਕਿਆ ਲੰਡਨ ਦੇ 에ਰਪੋਰਟ ਤੇ 6 ਘੰਟੇ ਉਹਨਾਂ ਨੇ ਜੀ ਕਿ ਵੀ ਹੁਣ ਉਹਦੀ ਕੀ ਗੱਲ ਸਾਹਮਣੇ ਆ ਜਾਂ ਕਿਹੜੀ ਇਨਫੋਰਮੇਸ਼ਨ ਇਹਨਾਂ ਕੋਲ ਆਈ ਹੈ ਉਹ ਵੀ ਦੌੜਿਆ ਸੀ ਦਿੱਲੀ ਤੋਂ ਬੜੇ ਲੋਕ ਪਹਿਲਾਂ ਇਕੱਠੇ ਕਰ ਲਏ ਕਿ ਜੀ ਕਰਪਸ਼ਨ ਦੇ ਖਿਲਾਫ ਮੈਂ ਮੂਹਮ ਕਰ ਰਹੇ ਹਾਂ ਫਿਰ ਉਹ ਸਲਵਾਰ ਕਮੀਜ਼ ਪਾ ਕੇ ਉਤੋਂ ਸਟੇਜ ਤੋਂ ਜੰਪ ਮਾਰ ਕੇ ਦੌੜਨ ਲੱਗਾ ਫੜ ਲਿਆ ਪੁਲਿਸ ਨੇ ਜੀ ਤੇ ਉਹਨੂੰ ਜਸਟੀਫਾਈ ਕਰ ਰਿਹਾ ਸੀ ਜੀ ਸ਼ਿਵਾਜੀ ਵੀ ਤਾਂ ਉਹ ਨਿਕਲਿਆ ਸੀ ਔਰੰਗੂਰ ਦੇ ਚ ਮਠਾਈ ਦੇ ਬਹਾਨੇ ਟੋਕਰੇ ਦੇ ਵਿੱਚ ਨਿਕਲੇ ਸੀ ਜੀ ਸੋ ਇਸ ਕਿਸਮ ਦਾ ਇਹਨਾਂ ਦਾ ਫਰਾਡ ਹੈ ਤਰਸਦਾ ਵਿਚਾਰੇ ਗਰੀਬ ਲੋਕਾਂ ਤੇ ਆਂਦਾ ਹੈ ਭੋਲੇ-ਪਾਲੇ ਲੋਕਾਂ ਤੇ ਜਿਹੜੇ ਇਹਨਾਂ ਦੇ ਜਾਲ 'ਚ ਫਸਦੇ ਨੇ ਸੋ ਗੱਲ ਸਿਰਫ ਇਹਨਾਂ ਦੇ ਬਾਬਿਆਂ ਦੀ ਨਹੀਂ ਹੈ ਜੇ ਅਸੀਂ ਜਿਹੜੇ ਅੱਜ ਸਾਡੇ 'ਚ ਵੀ ਇਸ ਕਿਸਮ ਦੀ ਇੱਕ ਵੱਡੀ ਗਿਣਤੀ ਫਰਾਡ ਔਰ ਪਖੰਡ ਵਾਲੇ ਲੋਕਾਂ ਦੀ ਆ ਗਈ ਹੈ ਜੀ ਜਿਨ੍ਹਾਂ ਨੇ ਜਿਹੜੇ ਸੱਚੇ ਸੁੱਚੇ ਅਧਿਆਤਮ ਦੇ ਰਸਤੇ ਤੇ ਤੁਰੇ ਬਾਬੇ ਜਾਂ ਸੰਤ ਜਾਂ ਗੁਰਮੁਖ ਸੱਜਣ ਨੇ ਉਹਨਾਂ ਨੂੰ ਵੀ ਐਕਲਿਪਸ ਕਰ ਦਤਾ ਉਹਨਾਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਤਾ ਹੈ ਔਰ ਇਹਨਾਂ ਢੋਂਗੀਆਂ ਦੀ ਪਖੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹ ਕਿਸੇ ਧਰਮ ਦੇ ਹਵਾਲੇ ਨਾਲ ਹੋਣ ਸੋ ਇਹ ਲੋਕਾਂ ਦੀ ਵੀ ਇੱਕ ਵੀਕਨੈਸ ਹੈ ਕਿ ਸ਼ਾਇਦ ਉਹ ਆਪ ਦੇ ਆਤਮ ਦੇ ਰਸਤੇ ਤੇ ਸੱਚਾਈ ਦੇ ਰਸਤੇ ਤੇ ਤੁਰਨਾ ਨਹੀਂ ਚਾਹੁੰਦੇ ਉਹ ਸਮਝਦੇ ਕੋਈ ਬਣਾਇਆ ਬਣਾਇਆ ਦੇ ਦੇ ਕੋਈ ਪੁੜੀਆਂ ਦੇ ਦੇ ਕੋਈ ਅਧਿਆਤਮ ਦੀ ਜੀ ਸੋ ਕੁਲ ਮੜਾਖਿਮ ਰਖਿਆ ਲੈ ਸੀਨਾ ਦੇ ਬਾਕੀ ਪਾਰਟ ਕਵਰ ਕਰ ਲਏ ਨੇ ਔਰ ਜਿਵੇਂ ਉਹਨਾਂ ਨੇ ਅਖੀਰ ਚ ਕੀ ਹੈ ਜੀ ਕਿ ਜਦੋਂ ਲਾਹੌਰ ਇਹ ਫੈਸਲਾ ਹੋ ਗਿਆ ਕਿ ਵੀ ਲਾਹੌਰ ਪਾਕਿਸਤਾਨ ਚ ਜਾਏਗਾ ਤੇ ਜਿੰਨੀ ਇਹ ਮਹਾਸ਼ਾ ਪ੍ਰੈਸ ਹੈ ਜਿਹੜੀ ਕਿ ਅੱਜ ਜਲੰਧਰ ਚ ਆ ਕੇ ਬੈਠ ਗਈ ਹੋਰੀ ਇੱਥੇ ਫਿਰਕੂ ਨਫ਼ਰਤ ਇਹਨਾਂ ਨੇ ਫੈਲਾਈ ਹੈ ਜੀ ਉਹ ਹਿੰਦ ਸਮਾਚਾਰ ਹੋਏ ਵੀਰ ਪ੍ਰਤਾਪ ਹੋਏ ਮਿਲਾਪ ਹੋਏ ਉਰਦੂ ਦੇ ਸ਼ਬਦੇ ਹੁੰਦੇ ਸੀ ਲਾਹੌਰ ਤੋਂ ਜੀ ਉਹਨਾਂ ਨੇ ਦੇਖਿਆ ਕਿ ਵੀ ਲਾਹੌਰ ਤਾਂ ਚਲਾ ਗਿਆ ਪਾਕਿਸਤਾਨ ਜਿਨ੍ਹਾਂ ਨੇ ਆਪਣੇ ਘਰਾਂ ਤੇ ਆਪਣੇ ਦਫ਼ਤਰਾਂ ਦੇ ਉੱਤੇ ਜਿਹੜੇ ਨੇ ਉਹ ਪਾਕਿਸਤਾਨ ਦੇ ਝੰਡੇ ਚੁਲਾ ਲਏ ਸੀ ਸੋ ਉਸ ਗੱਲ ਵਾਲ ਉਹਨਾਂ ਨੇ ਇਸ਼ਾਰਾ ਕੀਤਾ ਰਾਜਾ ਜੀ ਨੇ ਵੀ ਇਹਨਾਂ ਨੇ ਕਦੇ ਪਾਕਿਸਤਾਨ ਦੇ ਝੰਡੇ ਵੀ ਚੁਲਾਏ ਸੀ ਉਹ ਤਾਂ ਫਿਰ ਜਦੋਂ ਸ਼ੁਰੂ ਹੋ ਗਈ ਰਾਈਟਿੰਗ ਸਿਵਲ ਵਾਰ ਦਾ ਬਣ ਗਿਆ ਫਿਰ ਉੱਥੋਂ ਦੌੜੇ ਨਹੀਂ ਤਾਂ ਉਹਨਾਂ ਰਹਿ ਪੈਣਾ ਸੀ ਉੱਥੇ ਹੀ ਉਹਨਾਂ ਦੀਆਂ ਆਪਣੀਆਂ ਜ਼ਿਆਦਾਤਾ ਸੁਰੱਖਿਅਤ ਰਹਿੰਦੀਆਂ ਸੋ ਉਹਨਾਂ ਨੇ ਕਿਹਾ ਕਿ ਜੀ ਔਰ ਇਹ ਗੱਲ ਸਾਧੂ ਸਿੰਘ ਹਮਦਰਦ ਅਜੀਤ ਦੇ ਜਿਹੜੇ ਬਾਨੀ ਐਡੀਟਰ ਨੇ ਉਹ ਵੀ ਕਹਿੰਦੇ ਹੁੰਦੇ ਸੀ ਕਹਿੰਦਾ ਵੀ ਅੱਜ ਤਾਂ ਤੁਸੀਂ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਹੋ ਹੋਰ ਸਾਰੀਆਂ ਨਾ ਪੱਕੀ ਗੱਲਾਂ ਕਰਦੇ ਹੋ ਤੁਸੀਂ ਕਦੇ ਪਾਕਿਸਤਾਨ ਦਾ ਝੰਡਾ ਵੀ ਚਲਾਇਆ ਸੀ ਆਪਣੇ ਦਫ਼ਤਰਾਂ ਔਰ ਘਰਾਂ ਦੇ ਮੂਹਰੇ ਜੀ ਕਿ ਤੁਸੀਂ ਖਾਲਸਾਣ ਦਾ ਵੀ ਝੰਡਾ ਚਲਾਣਾ ਅਖੀਰ ਕਿਉਂਕਿ ਨਫ਼ਰਤ ਵੀ ਇਹਨਾਂ ਨੇ ਫੈਲਾਈ ਪਾਕਿਸਤਾਨ ਦੇ ਖਿਲਾਫ ਜਿੰਨਾ ਜਿੰਨਾ ਇਹ ਨਾ ਪੱਕੀ ਕਰਦੇ ਗਏ ਪੰਜਾਬ ਦੇ ਮੁਸਲਮਾਨ ਇੱਕ ਸਟੇਜ ਤੇ ਪਾਕਿਸਤਾਨ ਦੇ ਹੱਕ 'ਚ ਨਹੀਂ ਸੀ ਮੁਸਲਮਾਨੀਕ ਨੂੰ ਮੈਜੋਰਟੀ ਪੰਜਾਬ ਚ ਨਹੀਂ ਸੀ ਮਿਲੀ ਪਰ ਜਿਉਂ-ਜਿਉਂ ਇਹ ਨਾ ਪੱਖੀ ਕਰਦੇ ਗਏ ਉਹਨਾਂ ਨੂੰ ਲੱਗਣ ਲੱਗ ਗਿਆ ਮੁਸਲਮਾਨਾਂ ਨੂੰ ਵੀ ਜਿਹੜਾ ਇਹਨਾਂ ਨੂੰ ਤਕਲੀਫ ਹੈ ਜਰੂਰ ਸਾਡੇ ਕੋ ਭਲੇ ਚ ਹੋਏਗਾ ਜੀ ਔਰ ਇਹੀ ਗੱਲ ਸਦਾਰ ਕਪੂਰ ਸਿੰਘ ਨੇ ਜਦੋਂ ਲਾਲਾ ਜਗਤਨਾਰੈਣ ਨੂੰ ਜਿਹੜਾ ਸਜ਼ਾ ਜਾਇਆਤਾ ਕੀਤਾ ਨੌਜਵਾਨਾਂ ਨੇ ਮੈਂ ਉਹਨਾਂ ਦੇ ਭਰਾ ਦਾ ਕਿਤੇ ਪੜ ਰਿਹਾ ਸੀ ਕੋਰਟ ਕਿਸੇ ਪੁਸਤਕ ਚ ਆਇਆ ਕਿ ਵੀ ਉਹ ਕਹਿੰਦਾ ਜੀ ਮੈਂ ਖਬਰ ਉਹ ਬਿਮਾਰ ਸਨ ਲੁਧਿਆਣੇ ਸ਼ਹਿਰ ਸੀ ਐਮਸੀ ਦਾਖਲ ਸੀ ਸਰਸਵੀਆਂ ਮੈਂ ਅਖਬਾਰ ਲੈ ਕੇ ਗਿਆ ਉਹਨਾਂ ਦੇ ਬ੍ਰਦਰ ਗੰਗਾ ਸਿੰਘ ਉਹਨਾਂ ਦਾ ਨਾਮ ਹੈ ਜੀ ਸ਼ਾਇਦ ਤੇ ਉਹਨਾਂ ਨੂੰ ਮੈਂ ਦਿੱਤਾ ਵੀ ਉਹ ਖਬਰ ਮੁਖਸੀ ਵੀ ਜਗਤ ਨਰੈਨ ਦਾ ਆ ਹੋ ਗਿਆ ਜੀ ਕਹਿੰਦੇ ਮੈਂ ਤਾਂ ਸੋਚਿਆ ਵੀ ਉਹ ਹੋਣਗੇ ਕਿਉਂਕਿ ਬਹੁਤ ਸਿੱਖ ਵਿਰੋਧੀ ਸੀ ਕਹਿੰਦੇ ਉਹ ਚੁੱਪ ਕਰ ਗਏ ਕਹਿਣ ਲੱਗੇ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਉਹ ਕਹਿੰਦੇ ਕੀ ਵੀ ਕਹਿੰਦੇ ਇਹਨੇ ਬਹੁਤ ਸਿੱਖਾਂ ਦੀ ਸੇਵਾ ਕੀਤੀ ਇਹਨੇ ਜਗਾਇਆ ਜ਼ੱਕਾਂ ਨੂੰ ਜੀ ਵੀ ਜਿਉਂ-ਜਿਉਂ ਕੋਈ ਨਾ ਪੱਖੀ ਗੱਲ ਕਰਦਾ ਵੀ ਇਹਨੇ ਤਾਂ ਅਜੇ ਹੋਰ ਭਲਾ ਕਰਨਾ ਸੀ ਜੀ ਸੋ ਮੈਂ ਸਮਝਦਾ ਵੀ ਇਹੀ ਗੱਲ ਇਹਨਾਂ ਨੇ ਕੀਤਾ ਇਸ਼ਾਰਾ ਕਿ ਵੀ ਅਲਟੀਮੇਟਲੀ ਅਸੀਂ ਆਪਣੀ ਜਿਹੜੀ ਹੈ ਬੁਲੰਦ ਸੁਰ ਦੇ ਨਾਲ ਔਰ ਆਪਣੇ ਬੁਲੰਦੇ ਇਰਾਦਿਆਂ ਦੇ ਨਾਲ ਕੌਮ ਕੇਸਰੀ ਕਾਫਲਾ ਖਾਲਸਾਣ ਤੇ ਡਿੜਤਾ ਨਾਲ ਪਹਿਰਾ ਦੇ ਜੀ ਆਲਟੀਮੇਟਲੀ ਇਹ ਵੀ ਆਪਣੇ ਘਰਾਂ ਦੇ ਮੂਰੇ ਜਿਹੜੇ ਨੇ ਉਹ ਖਾਲਸਾਣ ਦੇ ਝੰਡੇ ਚ ਲਾਉਣਗੇ ਜੀ ਜੀ ਸੋ ਰਾਜਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਔਰ ਅਸੀਂ ਆਸ ਕਰਾਂਗੇ ਜੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਹਵਾਲੇ ਨਾਲ ਸਾਡਾ ਸੈਕੰਡਰੀ ਨੋਲੇਜ ਹੈ ਜੀ ਬਾਹਰ ਬੈਠੇ ਜੋ ਅਸੀਂ ਮੀਡੀਆ 'ਚ ਦੇਖਿਆ ਪੜ੍ਹਿਆ ਕੋਈ ਹੋਰ ਤਾਂ ਸਾਡਾ ਹੈ ਨਹੀਂ ਜੀ ਜੀ ਸੋ ਚੰਗਾ ਹੋਏਗਾ ਵੀ ਸਮੇਂ-ਸਮੇਂ ਇਹ ਸਾਨੂੰ ਜਿਹੜਾ ਇਹ ਸਮਝਣ ਕਿ ਸਾਡੀ ਦੋਨੋਂ ਕੌਮਾਂ ਦੇ ਇੰਟਰਸਟ ਚ ਕੁਝ ਬੀਤੇ ਦੇ ਐਪੀਸੋਡ ਕੁਝ ਜੋ ਕਰੰਟ ਹੈ ਕੁਝ ਪੁਵਖਦੀਆਂ ਜਿਹੜੀਆਂ ਨੇ ਲਾਈਨਸ ਉਸ ਦੇ ਉੱਤੇ ਸਾਨੂੰ ਜ਼ਰੂਰ ਲਿਖਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹਾਂਗਕਾਂਗ ਤੋਂ ਵੀਰ ਬਲਦੇਵ ਸਿੰਘ ਗਿੱਲ ਬੁੱਧ ਸਿੰਘ ਵਾਲਾ ਜੀ ਦੀ ਹੈ ਇਹ ਲਿਖਦੇ ਹਾਂ ਡਾਕਟਰ ਸਾਹਿਬ ਅਤੇ ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਪੱਤਰ ਨੂੰ ਟੈਲੀਕਾਸਟ ਕੀਤਾ ਜੀ ਡਾਕਟਰ ਸਾਹਿਬ ਅ ਸਰ ਬਲਦੇਵ ਸਿੰਘ ਗਿੱਲ ਬੁੱਧ ਸਿੰਘ ਵਾਲਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਇਹ ਸਾਡੇ ਨਾਇਕ ਪਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਪਿੰਡ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਸੀ ਉਹਨਾਂ ਨੇ ਫੂਲ ਮਿੱਤਲ ਜਿਹੜੇ ਮਾਲਵਾ ਮੀਰ ਅਖਬਾਰ ਕੱਢਦੇ ਨੇ ਕਿ ਉਹਨਾਂ ਨੇ ਕਿਵੇਂ ਬਹਾਦਰੀ ਦੇ ਨਾਲ ਸਟੈਂਡ ਲਿਆ ਔਰ ਆਰਐਸਐਸ ਉਹਨਾਂ ਦੇ ਖਿਲਾਫ ਕਿਵੇਂ ਪ੍ਰੋਟੈਸਟ ਕਰ ਰਿਹਾ ਜਾਂ ਕੇਸ ਰਜਿਸਟਰ ਕਰ ਰਿਹਾ ਸੋ ਅਸੀਂ ਜੀ ਇਹਨਾਂ ਦੇ ਸੁਝਾਅ ਦੇ ਉੱਤੇ ਫੂਲ ਬਿੱਤਲ ਜੀ ਨਾਲ ਟੀਵੀ 84 ਨਿਊਜ਼ ਦੇ ਉੱਤੇ ਗੱਲਬਾਤ ਵੀ ਕੀਤੀ ਸੀ ਜਿਹੜੀ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਜੀ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਜਿਹੜਾ ਸਾਡੇ ਤਾਂ ਕੋਈ ਜਾਣਕਾਰੀ ਪੰਚਾਇਸੀ ਔਰ ਹੁਣ ਵੀ ਇਹਨਾਂ ਦੇ ਥੈਂਕ ਯੂ ਲਈ ਵੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵਰਜੀਨੀਆ ਤੋਂ ਵੀਰ ਸੁਰਿੰਦਰ ਸਿੰਘ ਜੀ ਦੀ ਹੈ ਇਹ ਲਿਖਦੇ ਆਂ ਡਾਕਟਰ ਸਾਹਿਬ ਮੈਂ ਕੈਮ ਤੋਂ ਬਾਅਦ ਟੀਵੀ 84 ਲਗਾਤਾਰਤਾ ਨਾਲ ਵੇਖਦਾ ਹਾਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਇਸ ਨੂੰ ਜਾਰੀ ਰੱਖੋ ਪਿਛਲੇ 3-4 ਦਿਨਾਂ ਤੋਂ ਅਪਲੋਡਿੰਗ ਵੀਡੀਓਜ਼ ਦੀ ਕੁਆਲਿਟੀ ਵਿੱਚ ਫਰਕ ਆਇਆ ਹੈ ਆਪਣੀ ਟੈਕਨੀਕਲ ਟੀਮ ਨੂੰ ਕਹੋ ਕਿ ਇਸ ਨੂੰ ਚੈੱਕ ਕਰ ਲੈ ਜੀ ਡਾਕਟਰ ਸਾਹਿਬ ਅੱਛਾ ਇੱਕ ਹੋਰ ਇਹਨਾਂ ਦਾ ਸੁਝਾਅ ਹੈ ਜੇ ਅਪਲੋਡਿੰਗ ਵੇਲੇ ਰਿਵਰਸ ਆਰਡਰ ਰੱਖਿਆ ਜਾਵੇ ਤਾਂ ਵੇਖਣ ਵਾਲੇ ਇਸ ਨੂੰ ਪਲੇ ਲਿਸਟ ਫੀਚਰ ਰਾਹੀਂ ਵੀ ਵੇਖ ਸਕਦੇ ਹਨ ਅਸੀਂ ਸੌਫੀ ਸਦੀ ਤੁਹਾਡੇ ਨਾਲ ਹਾਂ ਸਾਨੂੰ ਦੱਸਣਾ ਕਿ ਅਸੀਂ ਕਿਵੇਂ ਤੁਹਾਡੀ ਤੁਹਾਡੇ ਲਈ ਮਦਦ ਕਰ ਸਕਦੇ ਹਾਂ ਡਾਕਟਰ ਸਾਹਿਬ ਅ ਦੇਖੋ ਵੀਰ सुरेंद्र ਸਿੰਘ ਬਹੁਤ ਪਿਆਰੇ ਨੌਜਵਾਨ ਸਿੰਘ ਨੇ ਜੀ ਬਹੁਤ ਸੁੰਦਰ ਕੀਰਤਨ ਕਰਦੇ ਨੇ ਗੁਰਦੁਆਰਾ ਸਾਹਿਬ ਉੱਥੇ 123 ਦੇ ਉੱਤੇ ਹੈ ਉਸ ਤੇ ਹੁਣ ਯੂਥ ਅ ਇਨਚਾਰਜ ਨੇ ਕਮੇਟੀ ਦੇ ਵਿੱਚ ਵੀ ਔਰ ਹਮੇਸ਼ਾ ਹੀ ਸਾਨੂੰ ਕਾਫੀ ਸਮੇਂ ਤੋਂ ਜਦੋਂ ਵੀ ਮਿਲਦੇ ਨੇ ਬੜੇ ਉਤਸ਼ਾਹ ਵਾਲੇ ਇਹਨਾਂ ਦੇ ਬੋਲ ਹੁੰਦੇ ਨੇ ਕੁਦਰਤੀ ਮੈਂ ਇਸ ਵੀਕਐਂਡ ਵਾਸ਼ਿੰਗਟਨ ਡੀਸੀ ਸੀ ਔਰ ਸੈਚਰਡੇ ਜਿਸ ਘਰ ਦੇ ਵਿੱਚ ਸਮਾਗਮ ਸੀ ਜੀ ਔਰ ਉਸ ਤੇ ਵਿੱਚ ਵੀ ਇਹਨਾਂ ਨੇ ਕੀਰਤਨ ਵੀ ਕੀਤਾ ਔਰ ਮਿਲੇ ਵੀ ਔਰ ਉਦੋਂ ਤੱਕ ਉਹਨਾਂ ਦੀ ਈਮੇਲ ਤਾਂ ਆਈ ਹੋਈ ਸੀ ਜੀ ਜੀ ਸੋ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਵੀ ਤੁਹਾਡੇ ਸੁਝਾਅ ਨੂੰ ਮੰਨਦਿਆਂ ਰਿਵਰਸ ਆਰਡਰ ਦੇ ਵਿੱਚ ਰਿਕਾਰਡ ਹੋਈਆਂ ਨੇ ਜੀ ਔਰ ਤੁਹਾਡੀ ਇਹ ਸ਼ਿਕਾਇਤ ਦੂਰ ਹੋ ਗਈ ਹੈ ਬਾਕੀ ਦੋ ਤਿੰਨ ਦਿਨ ਜ਼ਰੂਰ ਪ੍ਰੋਬਲਮ ਰਹੀ ਹੈ ਉਹ ਉਸ ਦੀ ਵਜ੍ਹਾ ਕਰਕੇ ਜਿਹੜੀ ਕੁਆਲਿਟੀ ਵੀ ਪੂਰ ਹੋਈ ਸੋ ਉਸ ਦੀ ਅਸੀਂ ਖਿਮਾ ਵੀ ਚਾਹੁੰਦੇ ਹਾਂ ਜੀ ਟੈਕਨੀਕਲ ਟੀਮ ਨੇ ਇਸ ਦੇ ਉੱਤੇ ਕੰਮ ਕੀਤਾ ਹੈ ਔਰ ਮੇਰਾ ਖਿਆਲ ਹੈ ਵੀ ਆਉਣ ਵਾਲੇ ਸਮੇਂ ਜਾਂ ਹੁਣ ਜਿਵੇਂ ਚੱਲ ਰਿਹਾ ਹੈ ਇਹ ਆਫ ਗੁੱਡ ਕੁਆਲਿਟੀ ਹੋਏਗੀ ਜੀ ਔਰ ਬਹੁਤ ਬਹੁਤ ਧੰਨਵਾਦ ਵੀਰ सुरेंद्र ਸਿੰਘ ਜੀ ਜੀ ਸਾਡੀ ਅਗਲੀ ਈਮੇਲ ਵੀਰ ਹਰਵਿੰਦਰ ਸਿੰਘ ਜੀ ਦੀ ਹੈ ਇਹ ਲਿਖਦੇ ਹਾਂ ਕਿਰਪਾ ਕਰਕੇ ਅਡਰੋਇਡ ਐਪਲੀਕੇਸ਼ਨ ਬਣਾਓ ਤਾਂ ਕਿ ਤੁਹਾਡੇ ਟੀਵੀ ਨੂੰ ਸਮਾਰਟਫੋਨ ਅਤੇ ਨਵੇਂ ਚੱਲੇ ਸਮਾਰਟ ਟੀਵੀਜ਼ ਤੇ ਵੀ ਵੇਖਿਆ ਜਾ ਸਕੇ ਬਿਨਾਂ ਕੇਬਲ ਜਾਂ ਸੈਟਲਾਈਟ ਤੇ ਗਿਆਮ ਵੀ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਸਾਰੇ ਦਰਸ਼ਕ ਦੇ ਸਕਣਗੇ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਵੀਰ ਹਰਵਿੰਦਰ ਸਿੰਘ ਜੀ ਦਾ ਧੰਨਵਾਦ ਉਹਨਾਂ ਨੇ ਲਿਖਿਆ ਸਾਨੂੰ ਅਸੀਂ ਤਾਂ ਅਨਪੜ੍ਹ ਹਾਂ ਜਦੋਂ ਇਹ ਐਂਡਰੋਇਡ ਹੋਏ ਜਾਂ ਕੋਈ ਹੋਏ ਇਸ ਮਾਮਲੇ 'ਚ ਬਟ ਮੇਰਾ ਖਿਆਲ ਹੈ ਵੀ ਟੈਕਨੀਕਲ ਟੀਮ ਨੂੰ ਅਸੀਂ ਸੁਜੈਸਟ ਤਾਂ ਜ਼ਰੂਰ ਕਰਾਂਗੇ ਕਿ ਜਿਹੜੀ ਵੀ ਕਿਉਂਕਿ ਟੈਕਨੋਲੋਜੀ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਕੋਪ ਅਪ ਕਰਦੇ ਆਂ ਵਕਤ ਵੀ ਲੱਗਦਾ ਹੈ ਜੀ ਬਟ ਸਰਟਨਲੀ ਉਹਨਾਂ ਦਾ ਇਹ ਜਿਹੜਾ ਸੁਝਾਅ ਵਾਲਾ ਪਾਰਟ ਹੈ ਉਹਨਾਂ ਦੀ ਈਮੇਲ ਇਹ ਵੀ ਅਸੀਂ ਫਾਰਵਰਡ ਕਰਾਂਗੇ ਜੀ ਕਿ ਇਸ ਬਾਰੇ ਜੋ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ ਇਲੀਟਰੇਟ ਆਂ ਇਸ ਮਾਮਲੇ 'ਚ ਜੀ ਜੀ ਸੋ ਬਹੁਤ ਧੰਨਵਾਦ ਮੀਰ ਹਰਵਿੰਦਰ ਸਿੰਘ ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅਸੀਂ ਬ੍ਰੇਕ ਤੇ ਚਲੇ ਜਾਂਦੇ ਆਂ ਵਿਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹਿਲ ਮਿਲਦੇ ਆਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ